ਸਾਡੇ ਸਾਡੇ ਸੁਭਾਨ ਮੈਲਸੀ ਤੋਂ ਦੋਸਤ ਆਏ ਉਹਨਾਂ ਦੀ ਫਰਮਾਇਸ਼ ਸੀ ਪਰ ਚੁਕੇ ਹਰ ਜਗ੍ਹਾ ਦਾ ਆਪਣਾ ਇੱਕ ਨਿਜ਼ਾਮ ਹੈ ਪਿੰਡਾਂ ਦੇ ਮਾਹੌਲ ਨੂੰ ਜਿੰਨਾ ਮੈਂ ਸਮਝਣਾ ਸ਼ਾਇਦ ਇੱਥੇ ਰਹਿਣ ਵਾਲੇ ਵੀ ਇੰਨੇ ਨਾ ਸਮਝਦੇ ਹੋਣ ਕਿ ਇੱਕ ਬੰਦਾ ਜਿਹੜਾ ਮਹਿਫਲ ਸੁਣਨਾ ਚਾਹੁੰਦਾ ਹੈ ਪੰਜ ਬੰਦੇ ਜਾਂ ਦਸ ਬੰਦੇ ਜਿਹੜੇ ਟਰਾਲੀ ਲੈ ਕੇ ਆਏ ਨੇ ਹੁਣ ਪੰਜ ਬੰਦੇ ਜਿਹੜੇ ਸੁਣਨਾ ਚਾਹੁੰਦੇ ਨੇ ਉਹ ਛੇ ਬੰਦਿਆਂ ਦੀ ਵਜ੍ਹਾ ਤੋਂ ਉੱਠਣਾ ਪੈਂਦਾ ਹੈ ਕਿ ਟਰਾਲੀ ਚਲੀ ਗਈ ਤਾਂ ਮੈਂ ਕਿਵੇਂ ਜਾਵਾਂਗਾ ਹਾਲਾਂਕਿ ਉਹਨੂੰ ਇਹ ਨਹੀਂ ਪਤਾ ਕਿ ਮੈਂ ਸਰਕਾਰ ਦੇ ਬੇੜੇ 'ਚ ਬੈਠਾ ਵਾਹ ਜਿਹਦੇ ਵਾਸਤੇ ਜਿਸ ਬੇੜੇ 'ਚ ਬਹਿਣ ਵਾਸਤੇ ਮੈਂ ਆਇਆ ਉਸ ਬੇੜੇ 'ਚ ਬੈਠਾ ਤਾਂ ਫਿਰ ਮੈਨੂੰ ਕਾਹਦੀ ਫਿਕਰ ਹੋਣੀ ਚਾਹੀਦੀ ਹੈ ਹੱਥ ਖੜਾ ਕਰਕੇ ਕਹੋ ਜ਼ਰਾ ਸੁਭਾਨ ਅੱਲਾਹ ਟਰਾਲੀ 'ਤੇ ਬਹਿ ਕੇ ਘਰ ਜਾਣਾ ਇਸ ਬੇੜੇ 'ਚ ਮਦੀਨੇ ਜਾਣਾ ਮਾਸ਼ਾਅੱਲਾ ਔਰ ਮੈਂ ਕਈ ਦਫ਼ਾ ਵੇਖਿਆ ਮੇਰੇ ਦੋਸਤ ਖੜੇ ਨੇ ਮੈਨੂੰ ਨਹੀਂ ਪਤਾ ਕਿਉਂ ਖੜੇ ਨੇ ਮੈਂ ਆਪਣੇ ਆਈਡੀਏ ਦੇ ਮੁਤਾਬਿਕ ਇਹ ਗੱਲ ਸੋਚੀ ਹੈ ਕਿਉਂਕਿ ਮਜਬੂਰੀ ਹੁੰਦੀ ਹੈ ਟਰਾਲੀ ਵਾਲਾ ਨਾ ਚਲਾ ਜਾਏ ਜਾਂ ਗੱਡੀ ਵਾਲਾ ਨਾ ਚਲਾ ਜਾਏ ਅੱਲਾਹ ਦੇ ਬੰਦਿਆ ਹਜ਼ੂਰ ਦੀ ਮਹਿਫਲ 'ਚ ਆਇਆ ਅਤੇ ਫਿਰ ਵੀ ਤੈਨੂੰ ਫਿਕਰਾਂ ਪਈਆਂ ਨੇ ਕੀ ਬਣੇਗਾ ਮੇਰਾ ਇੱਥੇ ਹੀ ਤਾਂ ਸਾਰਿਆਂ ਦਾ ਸਾਰਾ ਕੁਛ ਬਣਦਾ ਹੈ ਜਿਹਦਾ ਇਸ ਡਰ ਤੋਂ ਨਹੀਂ ਬਣਿਆ ਉਹਦਾ ਕਿਸੇ ਕਿਤੋਂ ਵੀ ਨਹੀਂ ਕੁਛ ਬਣਨਾ ਹੱਥ ਖੜਾ ਕਰਕੇ ਮੁਹੱਬਤ ਨਾਲ ਸਭ ਨੇ ਪੜ੍ਹਨਾ ਹੈ ਮੌਲਾ ਯਾ ਸੱਲੀ ਵਸੱਲਿਮਨ ਅਬਦਨ ਅਲਾ ਹਬੀਬਿਕਾ ਖੈਰੁਲ ਖਲਕੀ ਕੁੱਲਿਹਿਮ ਕਸਮ ਖੁਦਾ ਦੀ ਕਿ ਹੁਣ ਫਰਮਾਇਸ਼ਾਂ ਨੇ ਦੋ ਦੋ ਸ਼ੇਰ ਪੇਸ਼ ਕਰਕੇ ਆਖਰ ਤੇ ਮਾਂ ਦੀ ਸ਼ਾਨ ਤੇ ਫਿਰ ਮੇਰਾ ਮੁਰਸ਼ਿਦ ਸੋਹਣਾ ਸ਼ਾਰਟਕਟ ਪੜ੍ਹ ਕੇ ਫਿਰ ਇਨਸ਼ਾਅੱਲਾ ਫਿਰ ਜ਼ਿੰਦਗੀ ਰਹੀ ਔਰ ਅੱਲਾ ਕਰੇ ਮੇਰਾ ਉਮੀਦ ਹੈ ਕਿ ਹੁਣ ਮੁਲਕ ਦੀ ਬਿਜਲੀ ਦਾ ਨਿਜ਼ਾਮ ਠੀਕ ਹੋ ਜਾਏਗਾ ਉਮੀਦ ਹੈ ਔਰ ਉਮੀਦ ਤੇ ਕਾਇਮ ਹਾਂ ਅਸੀਂ ਪਹਿਲੇ ਵੀ ਇਹੀ ਕਹਿੰਦੇ ਸੀ ਹੁਣ ਵੀ ਇਹੀ ਕਹਿ ਰਹੇ ਨੇ ਠੀਕ ਹੈ ਲੇਕਿਨ ਦੁਆ ਹੈ ਉਮੀਦ ਹੈ ਕੋਸ਼ਿਸ਼ ਹੈ ਅੱਲਾ ਕਰੇ ਨਿਜ਼ਾਮ ਸਹੀ ਹੋ ਜਾਏ ਸਾਨੂੰ ਜਨਰੇਟਰਾਂ ਦੀ ਮੁਹਤਾਜਗੀ ਨਾ ਰਵੇ ਹਜ਼ੂਰ ਦਾ ਸਿਕਰ ਮਜ਼ੇ ਨਾ ਸਰੂਰ ਨਾ ਕੈਫ ਨਾ ਹੋਇਆ ਕਰੇ ਸਾਡੀ ਇਹ ਦੁਆ ਹੈ ਇਨਸ਼ਾਅੱਲਾ ਤੇ ਮੈਂ ਸ਼ਾਰਟਕਟ ਬਸ ਇੱਕ ਸ਼ੇਰ ਹੈ ਇੱਕ ਸ਼ੇਰ ਹੋਰ ਜਿਹੜਾ ਮੈਨੂੰ ਫਰਮਾਇਸ਼ ਹੈ ਉਸ ਤੋਂ ਬਾਅਦ ਮਾਂ ਦੀ ਸ਼ਾਨ ਜਲਦੀ ਜਲਦੀ ਨਾਲ ਕਲਾਮ ਪੇਸ਼ ਕਰਕੇ ਜਾਜ਼ਤ ਚਾਹਾਂਗਾ ਫਿਰ ਜ਼ਿੰਦਗੀ ਰਹੀ ਟਾਈਮ ਸਿਰ ਕੋਈ ਸਿਲਸਿਲਾ ਸ਼ੁਰੂ ਹੋਇਆ ਤਾਂ ਮੈਂ ਇਨਸ਼ਾਅੱਲਾ ਮਜ਼ੀਦ ਕਲਾਮ ਕਿਉਂਕਿ ਗੱਲ ਹੁੰਦੀ ਹੈ ਇੱਕ ਲਫ਼ਜ਼ ਵੀ ਕਬੂਲ ਹੋ ਜਾਏ ਤਾਂ ਸਾਰੀ ਹਾਜ਼ਰੀ ਹੋ ਜਾਂਦੀ ਹੈ ਮੈਨੂੰ ਭਾਈਜਾਨ ਨੇ ਕਿਹਾ ਗੋਲੜਾ ਸ਼ਰੀਫ ਇਸ ਦਫ਼ਾ ਖਤਮੇ ਨਬੂਤ ਕਾਨਫਰੰਸ 'ਚ ਮੇਰੀ ਨਾ ਸ਼ਰੀਫ ਸੀ ਔਰ ਪੀਰ ਸਾਹਿਬ ਦਾ ਲਿਖਿਆ ਕਲਾਮ ਸੀ ਪੀਰ ਗੁਲਾਮ ਮੋਈਨ ਉਲ ਹੱਕ ਸ਼ਾਹ ਸਾਹਿਬ ਗੋਲੜ ਵੀ ਆਪ ਦਾ ਲਿਖਿਆ ਹੋਇਆ ਕਲਾਮ ਛੋਟੇ ਲਾਲਾ ਜੀ ਦੇ ਸਾਹਿਬਜ਼ਾਦੇ ਆਪ ਦਾ ਕਲਾਮ ਪੜ੍ਹਿਆ ਔਰ ਉੱਥੇ ਜੋ ਕੈਫ ਸੀ ਜੋ ਮੰਜ਼ਰ ਸੀ ਉਹ ਫਿਰ ਗੱਲ ਹੀ ਬਿਆਨ ਤੋਂ ਬਾਹਰ ਹੈ ਇਹ ਇਹਨਾਂ ਨੇ ਮੈਨੂੰ ਕਿਹਾ ਉਹ ਪੜ੍ਹ ਦਿਓ ਉਹ ਮੈਂ ਪਹਿਲੇ ਵੇਖ ਰਿਹਾ ਸੀ ਤੁਹਾਡੀ ਤਵੱਜੋ ਔਰ ਤੁਹਾਡੀ ਪੂਰੀ ਤਵੱਜੋ ਹੈ ਤੁਹਾਡੀ ਪੂਰੀ ਮੁਹੱਬਤ ਹੈ ਤੁਹਾਡਾ ਪੂਰਾ ਜ਼ੌਕ ਹੈ ਅੱਲਾ ਸਲਾਮਤ ਰੱਖੇ ਮੈਂ ਬਿਲਕੁਲ ਬਹੁਤ ਸ਼ੁਕਰੀਆ ਇੱਕ ਸ਼ੇਰ ਪੰਜਾਬੀ ਦੀ ਇੱਕ ਨਾਤ ਦਾ ਇੱਕ ਸ਼ੇਰ ਪੰਜਾਬੀ ਦੀ ਇੱਕ ਨਾਤ ਦਾ ਉਸ ਤੋਂ ਬਾਅਦ ਅਗਰ ਮੈਂ ਸਮਝਿਆ ਤਾਂ ਫਿਰ ਮੈਂ ਦੋ ਸ਼ੇਰ ਜ਼ਰੂਰ ਕਿਉਂਕਿ ਪੀਰ ਸਾਹਿਬ ਦਾ ਕਲਾਮ ਹੈ ਬਹੁਤ ਵੱਡੀ ਹਸਤੀ ਦਾ ਕਲਾਮ ਹੈ ਪੂਰੀ ਤਵੱਜੋ ਚਾਹੁੰਦਾ ਮੈਂ ਦੋ ਸ਼ੇਰ ਮੁਖਤਸਰ ਕਸਮ ਖੁਦਾ ਦੀ ਮੇਰਾ ਇਮਾਨ ਏ ਕਿ ਹਰ ਜ਼ਮਾਨਾ ਹਜ਼ੂਰ ਦਾ ਏ ਤਕਦਾ ਮੈਨੂੰ ਤੇ ਲੱਗਦਾ ਕਿ ਉਹ ਦੀਵਾਨਾ ਹਜ਼ੂਰ ਦਾ ਏ ਜਦੋਂ ਵੀ ਮਹਿਫਿਲ ਸੋਨੇ ਦੀ ਸਜਦੀ ਫਲਕ ਤੋਂ ਕੁਦਸੀ ਪੁਕਾਰਦੇ ਨੇ ਸੁਭਾਨ ਜਦੋਂ ਵੀ ਮਹਿਫਿਲ ਸੋਹਣੇ ਦੀ ਸਜਦੀ ਫਲਕ ਤੋਂ ਕੁਦਸੀ ਪੁਕਾਰਦੇ ਨੇ ਕੀ ਇਹ ਬਖਸ਼ ਗਏ ਨੇ ਆਹਾ ਦੋਨੋਂ ਹੱਥ ਉਠਾ ਕੇ ਇਹ ਬਖਸ਼ ਗਏ ਨੇ ਇਹ ਬਖਸ਼ ਗਏ ਨੇ ਇਹ ਬਖਸ਼ ਗਏ ਨੇ ਇਹ ਬਖਸ਼ ਗਏ ਨੇ ਜਿੰਨਾ ਜ਼ਬਾਨਾ ਤੇ ਅੱਜ ਤਰਾਨਾ ਹਜ਼ੂਰ ਦਾ ਏ ਤੁਸੀਂ ਨਾਰਾ ਹੈਦਰੀ ਹਸਾ ਲਾਉਂਦੇ ਹੋ ਤੇ ਮੈਂ ਸ਼ੇਰ ਇਹ ਪੇਸ਼ ਕਰਨ ਲੱਗਾ ਕਿ ਜਦੋਂ ਵੀ ਮੰਗਿਆ ਅਲੀ ਦੇ ਬੱਚਿਆਂ ਨੇ ਲੋੜ ਮੇਰੀ
तो वध के दिता जदों भी मंगया अली दे बचिया ने लोड़ मेरी तू वध के दिता या अली क्या बात सुन लो जदों भी मंगया अली दे बचिया लोड़ मेरी ने लोड़ मेरी वध के दिता तू वध के दिता क्या बात जदों भी मंगया अली दे बचिया ने लोड़ मेरी वध तू वध के दिता जदों भी मंगया अली दे बचिया ने लोड़ मेरी तू वध के दिता बेशक मैं दस नहीं सकदा सुहेल किन्ना सखी घराना हुजूर लाए मैं दस नहीं सकदा सुहेल किन्ना सखी घराना हुजूर दाए मैं दस नहीं सकदा सुहेल किन्ना सखी घराना हुजूर दाए कसम खुदा दी इत्थे शॉट